ਬੀਬੀ ਤੂੰ ਆ ਗਈ ਐ ਵੇ ਅੰਬੋ ਦੀ ਇੱਕ ਪੱਤੀ ਸਾ ਜਿਹਦਾ ਵੱਡਾ ਮੁੰਡਾ ਚਲਾ ਗਿਆ ਹੈ ਕੈਨੇਡਾ ਤੇ ਹੁਣ ਅੰਬੋ ਹੋਰਾਂ ਕੋਲ ਹੀ ਰਹੇਗੀ। ਆਹੋ ਨੀ ਆ ਗਈ ਆ ਤੇ ਕਮਲੀ ਨੂੰ ਭੇਜਿਆ ਸੀ ਤੈਨੂੰ ਲੈਣ ਦੀਆਂ ਖੱਤੀ ਅਤੇ ਮੋੜ ਤੇ ਮੈਂ ਵੇਖਿਆ ਪਤਾ ਨਹੀਂ ਕਿਹਦੀ ਕੰਬ ਤੇ ਖਲਿੰਗੀ ਨੇ ਬਰੂ ਤੋੜਤੀ ਵੀ ਜਿਹਨੂੰ ਭੇਜਿਆ ਤੂੰ। ਅੱਛਾ ਚਲ ਆ ਜਾ ਬੈ ਪਾਣੀ ਲਿਆਵਾਂ। ਨਾ ਮੈਂ ਕਿੱਥੇ ਪਾਣੀ ਪੀਣਾ ਮੈਂ ਤੇ ਨੂਨ ਦੀ ਬਣੀ ਆ ਖੁਰ ਜਾਂਗੀ ਮੈਂ ਤੇ ਪੀਣਾ ਬੰਦੀ ਆ ਅੱਡੀ ਗਰਮੀ ਪੈਂਦੀ ਵੀ ਤੇ ਪਾਣੀ ਤੇ ਪੀਣਾ ਹੀ ਆ। ਮੈਂ ਤੇ ਬੀਬੀ ਹੁੰਦੀ ਪੁੱਛਣੀ ਪਈ ਤੈਨੂੰ ਚਲ ਬੈ ਮੈਂ ਦੇਵਾਂ ਪਾਣੀ ਲਿਆ ਦੇ। ਬੈਗ ਮੇਰਾ ਇੱਕ ਸੇਬਾ ਲੈ ਕੇ ਆਉਂਦਾ ਪਿਆ ਏ। ਅੱਛਾ ਤੂੰ ਰਹਿਣ ਆਈ ਬੀਬੀ ਲੈਣਗੀ ਹੁਣ ਤੇ ਰਹਿਣਾ ਹੀ ਏ ਭੈਣਾ ਜੇਠ ਤੇਰਾ ਬਾਹਰ ਚਲ ਗਿਆ ਮੈਂ ਕਿੱਥੇ ਧੱਕੇ ਖਾਣੇ ਨੇ ਮੈਨੂੰ ਪੱਕੀ ਪਕਾਈ ਚਾਹੀਦੀ ਰੋਟੀ। ਅੱਛਾ ਚਲ ਠੀਕ ਏ ਮੈਂ ਆਲਾ ਝੋਲਾ ਮੈਂ ਆਪੇ ਲਈ ਆਈ ਆਟੇ ਤੂੰ। ਅੱਛਾ ਪੈਸੇ ਨਹੀਂ ਵਿੱਚ ਅੱਜ ਬੀਬੀ ਬਿਆਹ ਮੈਂ ਰੋਟੀ ਦਵਾਂ ਤੈਨੂੰ ਚਾਹ ਦਵਾਂ ਗਰਮ ਗਰਮ ਬਣਾ ਕੇ ਆ ਜਾ। ਆਹੋ ਜਾਣਦੀਆਂ ਮੈਂ ਸਾਰੀਆਂ। ਨਹੀਂ ਮੈਂ ਕਿਹਾ ਬੀਬੀ ਆ ਜਾ ਬੈ ਤੂੰ ਕੁਰਸੀ ਤੇ ਦੇ ਦੋ। ਆ ਜਾ ਇੱਧਰ ਕੁਰਸੀ ਲੈ ਬੈ। ਬੀਬੀ ਬੁਲਾ ਲਓ ਸਾਰੇ ਮਰੂਦ ਕੱਚੇ ਪੱਕੇ ਦੇ ਜਿਹੜੇ ਛੱਡੇ ਨੇ ਨਹੀਂ ਉਹਨੇ ਹੁਣੇ ਆ ਜਾਣਾ ਬੀਬੀ ਤੇਰੀ ਆਵਾਜ਼ ਸੁਣ ਕੇ ਵੀ ਬੀਬੀ ਆ ਗਈ ਸਾਰੇ ਮਹੱਲੇ ਤੇ ਜਾਂਦੀ ਵੀ ਤੇਰੀ ਆਵਾਜ਼ ਹੁਣ ਮੱਥਾ ਨਹੀਂ ਟੇਕਿਆ ਭੈਣਾ ਤੂੰ ਤੇ ਮੱਥਾ ਨਹੀਂ ਟੇਕਿਆ ਮੈਨੂੰ ਬਸ ਰਹਿਣ ਦੇ ਪਿਆਰੇ ਪਿਆਰੇ ਚਲ ਆ ਬੈ ਆ ਜਾ ਇੱਧਰ ਬੈ ਬੀਬੀ ਮੈਂ ਚਾਹ ਲਿਆਵਾਂ ਤੇਰੇ ਜਿਹੜੀ ਬਣਾ ਕੇ। ਕੀ ਕਰਨੇ ਨੇ ਪੈਸੇ ਤੇ ਬੈਗ ਕਿਹਦਾ ਟੰਗੀ ਪੈਣੀ ਤੇ ਆ ਨਾ ਸੇਬੇ ਵਾਲੀ ਦਾ ਬੈਗ ਏ ਸੇਬੇ ਵਾਲੀ ਨਾ ਸੇਬੇ ਦਾ ਤੇ ਸੇਬੇ ਦੀ ਮਾਂ ਦਾ ਸੇ ਆਪਾਂ ਕਰਕੇ ਪੇਕੇ ਚੱਲੀਏ ਕਹਿੰਦੇ ਮੈਨੂੰ ਖਰਚਾ ਪਾਣੀ ਹੁੰਦੀ ਦਿੰਦੀ ਹੈ ਕਿ ਮੈਂ ਤੰਗ ਰੱਖ ਜੇ ਮੈਂ ਤੇ ਪੇਕੇ ਜਾ ਕੇ ਲਾ ਲਾਂਗੀ ਤੇ ਫਿਰ ਮੈਂ ਕਿਹਾ ਮੈਂ ਤੈਨੂੰ ਕਿਰਾਏ ਚੋਗੇ ਪੈਸੇ ਲੈ ਕੇ ਦੇਣੀ ਆ ਆਪਣਾ ਬੈਗ ਮੈਨੂੰ ਦੇ ਦੇ ਤੂੰ ਥੱਕ ਜਾਏਗੀ ਇਹਦੇ ਮੈਂ ਬਸ ਤੇ ਚੜਾ ਦੇ ਦੇ ਉਹਨੂੰ ਪੈਸੇ। ਅੱਛਾ ਸੇਬੇ ਦੀ ਮਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਇੱਥੇ ਆਣ ਕੇ ਕਹਿਣਾ ਲੜਾਈਆਂ ਕਰਦੀਆਂ ਕਿ ਤੂੰ ਹੀ ਕੱਲੇ ਉਹਨੂੰ ਪੈਸੇ ਦੇ ਕੇ ਹਾਏ। ਅੱਛਾ ਉਰਾ ਤੈਨੂੰ ਮੈਂ ਇੱਕ ਗੱਲ ਦੱਸਣੀ ਉਹਨੂੰ ਦੱਸੀ। ਅੱਛਾ ਹਰਵਿੰਦਰ ਸਿੰਘ ਓਫੀਸ਼ੀਅਲ ਦੀ ਉਹਨੂੰ ਫੋਲੋ ਕਰਨਾ ਉਹਨੂੰ ਕਹਿਣਾ ਕਿ ਆਪਾਂ ਪੈਸੇ ਕਮਾਉਣੇ ਨੇ ਤੇ ਮੈਂ ਸਾਰਾ ਕੁਛ ਦੱਸਣਗੇ ਮਹੀਨੇ ਦਾ 20,000 ਰੁਪਏ ਆਰਾਮ ਨਾਲ ਕਮਾ ਸਕਦੀ ਹੈ ਉਹਨਾਂ ਦੀ ਬਾਰੇ ਚ ਇੱਕ ਫਾਰਮ ਹੈ ਫਾਰਮ ਭਰ ਕੇ ਆਪਣਾ ਕੰਮ ਚਾਲੂ ਕਰ ਲਈ 18 ਸਾਲ ਤੋਂ ਉੱਪਰ ਦਾ ਕੋਈ ਵੀ ਕਰ ਸਕਦਾ ਨੂੰ ਹਾਊਸ ਵਾਈਫ ਸਟੂਡੈਂਟ ਜੋਬ ਵਾਲਾ ਬਿਨਾਂ ਜੋਬ ਵਾਲਾ ਜਲਦੀ ਜਾ ਕਰ ਲੈ ਤੇ ਸਾਡੇ ਕੋਲ ਨਾ ਪੈਸੇ ਮੰਗੀ ਹੈ ਤੇਰੇ ਕੋਲੋਂ ਵੀ ਨਾ ਮੰਗੀ। ਅੰਦਰ ਚੱਲੀ ਆ ਤੇ ਪੈਸੇ ਲੈਂਦੀ ਆਈ ਸਬਜ਼ੀ ਵਾਸਤੇ ਸੜਕ ਤੋਂ ਸਬਜ਼ੀ ਲਿਆਵਾਂਗੇ ਜਾ ਕੇ। ਆਹੋ ਆ ਜਾ ਕਮਲੀ ਹੁਣ ਛੇਤੀ ਹੈ ਨੀ ਕਮਲੀਏ ਸਬਜ਼ੀ ਕਿਹੜੀ ਲੈਣੀ ਅੱਜ ਤੂੰ ਡੁੱਬ ਜੇ ਤੂੰ ਚੱਪਲ ਕਿਤੇ ਸੁੱਟ ਆਈ ਏ ਹਾਏ ਓ ਰੱਬਾ ਡੁੰਨਿਆ ਤੇਰਾ ਸੜ ਜੇ ਦਿਮਾਗ ਤੇ ਜੋ ਵੀ ਕਹਿੰਦੇ ਨੇ ਕਿੱਥੇ ਸੱਟ ਕੇ ਆਈ ਏ ਤੇਰੇ ਪੈਰ ਚ ਨਿਕਲ ਗਿਆ ਤੈਨੂੰ ਪਤਾ ਨੀ ਲੱਗਿਆ ਕਿੱਥੇ ਮੈਂ ਫਿਰ ਘਰ ਕਿਉਂ ਤਾਂ ਰਹੀ ਏ ਹਾਏ ਰੱਬਾ ਦੋਵੇਂ ਇਕੱਠੇ ਪਾਈ ਦੇ ਨੇ ਆਹੋ ਚੱਲ ਹੁਣ ਦੁਬਾਰਾ ਪਾ ਕੇ ਆ ਦੋਵੇਂ ਹਾਏ ਹਾਏ ਵੇਖ ਲੈ ਮੈਂ ਚੁੰਨੀ ਲੈ ਕੇ ਜਾਣਾ ਸੀ ਲੱਛੋ ਦੇ ਘਰ ਤੇ ਸਾਰੀ ਚੁੰਨੀ ਪਟ ਗਈ ਏ ਹਾਂ ਨੀ ਕਮਲੀਏ ਅੱਜ ਤੂੰ ਉੱਠ ਜਾਣ ਉੱਠ ਜਾਣ ਤੂੰ ਗੇਟ ਚੋਂ ਭੈੜਾ ਲੱਗਦਾ ਹੈ ਕਦੋਂ ਦੀ ਹਵਾ ਲੱਗਦੀ ਵੀ ਤੈਨੂੰ ਤਾਂ ਹੁਣ ਆ ਜਾ ਅੰਦਰ ਆ ਵੇ ਮੇਰੀ ਚੁੰਨੀ ਸਾਰੀ ਪਟ ਗਈ ਏ ਜੇ ਮਸ਼ੀਨ ਦੇ ਨਾਲ ਸੀ ਕੇ ਤੇ ਦੇ ਮੈਨੂੰ ਮੈਂ ਲੱਛੋ ਘਰ ਜਾਣਾ ਆਹੋ ਹਾਏ ਹਾਏ ਨੀ ਲੋਕਾਂ ਨੂੰ ਕੀ ਦੱਸਣ ਲੱਗੀ ਇਹਦੇ ਚ ਹੈ ਲੋਕਾਂ ਨੂੰ ਚੁੰਨੀ ਲੱਗ ਦੇਣੀ ਮੈਨੂੰ
ਜਿਹਨਾਂ ਨੂੰ ਅੰਦਰ ਮਸ਼ੀਨ ਦੇ ਨਾਲ ਸੀ ਕੇ ਨਾ ਮੈਨੂੰ ਦੇ, ਮੈਂ ਲੱਛੋ ਘਰ ਜਾ ਕੇ ਆਵਾਂ। ਆਹੋ ਠੀਕ ਹੈ ਕਮਲੀਏ, ਲੈ ਆਉਣ ਚੁੰਨੀ, ਲੱਛੋ ਘਰ ਜਾਣਾ ਮੈਂ। ਹਾਏ ਹਾਏ, ਨੀ ਆ ਕੀ ਕੀਤਾ ਤੂੰ? ਮਸ਼ੀਨ ਨਾਲ ਚੁੰਨੀ ਸੀ ਕੇ ਮੰਮੀ ਜੀ, ਚੁੰਨੀ ਕਿਹਾ ਸੀ ਮਸ਼ੀਨ ਨਾਲ ਸੀ ਦੇ। ਹਾਂਜੀ ਚੁੰਨੀ ਸੀ ਤੀਏ ਮਸ਼ੀਨ ਨਾਲ, ਤੇ ਚੁੰਨੀ ਦੇ ਨਾਲ ਮੈਂ ਸਣੇ ਮਸ਼ੀਨ ਪਾਲਾ ਗਲੇ ਚ ਹੈ। ਪਤਾ ਨਹੀਂ ਭਾਰੀਏ, ਤੇ ਭਾਰੀ ਮਸ਼ੀਨ ਨਾਲ ਮੈਂ ਉੱਤੇ ਕੀ ਲਾ ਹੋਣਾ ਦੂਜੀ ਚੁੰਨੀ ਲੈ ਲੈ। ਹੈਣੀ ਕਮਲੀਏ, ਹਾਂਜੀ ਮੰਮੀ ਜੀ, ਕਦੋਂ ਦੀ ਮੋਟਰ ਚਲਾਈ ਵੇਖ ਲੈ, ਟੈਂਕੀ ਨਹੀਂ ਭਰਦੀ ਵੀ, ਅਜ ਤੱਕ ਮੈਨੂੰ ਲੱਗਦਾ ਪਾਣੀ ਨਹੀਂ ਚੜਦਾ ਪਿਆ। ਅੱਛਾ ਆਹੋ, ਪਾਣੀ ਚੜਦਾ ਟੈਂਕੀ ਚ? ਆਹੋ ਜਾ ਫਟਾਫਟ ਪੁੱਛ ਕੇ ਆ। ਹਾਂ ਹਾਏ ਹਾਏ, ਤੂੰ ਕਿਤੇ ਚੜ ਗਈ ਏ? ਤੈਨੂੰ ਬੀਬੀ ਨੂੰ ਕਿਹਾ ਸੀ ਪੁੱਛਣੇ ਨੂੰ, ਤੈਨੂੰ ਹਾਏ ਹਾਏ ਵੇਖ ਲਿਆ ਕਿੱਥੇ ਚੜ ਗਈ ਏ ਮਨਾਰੇ ਤੇ? ਉੱਤੇ ਕੀ ਕਰਨਾ ਚੜ ਕੇ ਮਨਾਰੇ ਤੇ? ਨਹੀਂ ਤੂੰ ਆ ਜਾ, ਅਜੇ ਸ਼ੁਕਰ ਟਾਈਮ ਸਿਰ ਵੇਖ ਲਿਆ, ਥੱਲੇ ਆ ਜਾ ਹੋਰ ਡਿੱਗੇਗੀ। ਹੈਣੀ ਕਮਲੀਏ, ਆ ਵੇਖ ਲਿਆ ਕਿੰਨਾ ਸਮਾਨ ਏ, ਲੈਣਾ ਕੁਛ ਲੈ ਲੈ ਫਿਰ ਨਾ ਕਹੀ ਮੈਨੂੰ। ਆਹੋ ਹਾਏ ਹਾਏ, ਨੀ ਤੂੰ ਕਿੱਥੇ ਰਹਿ ਗਈ ਸੀ, ਇਹ ਕਿੱਦਾਂ ਚੁੱਕ ਲਿਆ ਤੂੰ? ਡਰ ਗਿਆ ਉੱਥੇ, ਚੱਲ ਡਰ ਗਿਆ, ਚੱਲ ਚੱਲ ਡਰ ਉੱਥੇ ਕੱਟਾ। ਤੈਨੂੰ ਪਤਾ ਇਹਦੇ ਚ ਹੈ ਕੀ? ਉੱਥੇ ਡਰ ਕੱਟਾ ਭਾਈ ਨੇ ਉੱਥੇ ਬਿਠਾ ਲੈਣਾ ਬੰਨ ਕੇ, ਚੱਲ ਹੁਣ ਕੀ ਕਰਦੀ ਹੈ? ਆਏ ਓਏ ਰੱਬਾ, ਹੁਣ ਇਹ ਚੱਕ ਲਿਆ, ਕੀ ਕਰਨੀ ਹੈ ਤਾਰਤ? ਫ੍ਰੀ ਦਿੰਦੇ ਮੈਨੂੰ ਤਾਰਤ ਕਮਲੀ ਜੀ ਨਾ ਵੇ ਤੇ ਚਲੋ ਤੇਰੇ ਪਿਆਰ ਮਿਲ ਜਾਂਦੇ ਨੇ ਜਿੱਥੇ ਮਰਜ਼ੀ।